ਪੈਣ ਨਹੀਂ ਗੱਲ ਵੱਧਦੀ ਜੇ ਅੱਜ ਤੂੰ ਦੱਬ ਗਿਆ ਨਾ ਸਾਰੀ ਉਮਰ ਦੱਬੀ ਰਹਿ ਜਾਊਗੀ ਫਿਰ ਨਾਲੇ ਇਹਦੇ ਤੋਂ ਜ਼ਿਆਦਾ ਕੀ ਗੱਲ ਵੱਧਣੀ ਆ ਲੋਕੀ ਕੀ ਕਹਿਣਗੇ ਜੇ ਮੈਂ ਉੱਥੇ ਜਾ ਲੋਕਾਂ ਦੀ ਪਰਵਾਹ ਤੁਸੀਂ ਛੱਡੋ ਚਲੋ ਤੁਸੀਂ ਸਾਡੇ ਨਾਲ ਸਾਡੇ ਹੁੰਦੇ ਤੁਹਾਨੂੰ ਕੋਈ ਨਹੀਂ ਕੁਝ ਕਹਿ ਸਕਦਾ ਹਾਂ ਇਹ ਤਾਂ ਸੱਚੀ ਲੈ ਗਿਆ ਉਹਨੂੰ ਨਾਲ ਕਿਤੇ ਉਹੀ ਗੱਲ ਨਾ ਹੋਵੇ ਹੈ ਕਿਤੇ ਪੁਲਿਸ ਨੂੰ ਤਲਾਹ ਦੇ ਦੇਣ ਮੈਂ ਆਪਣੇ ਪੁੱਤ ਨੂੰ ਤਾਂ ਫੋਨ ਕਰਾਂ ਉਹਨੂੰ ਤਾਂ ਦੱਸਾਂ ਕਿਤੇ ਉੱਧਰ ਉੱਧਰ ਹੀ ਉਹਨੇ ਨਾ ਫੜ ਕੇ ਲੈ ਜਾਣ ਵਿਚਾਰਾ ਕਿਤੇ ਕਾਬੂ ਨਾ ਆ ਜਾਵੇ ਉੱਥੇ ਹੈਲੋ ਪਵਨ ਮੇਰੇ ਪੁੱਤ ਧਿਆਨ ਨਾਲ ਮੇਰੀ ਗੱਲ ਸੁਣ ਉਹਦੇ ਲਖਵੀਰ ਦੇ ਨਾ ਭਰਾ ਭਰਜਾਈ ਆਏ ਸੀਗੇ ਆਹ ਤੋ ਬਹੁਤ ਵੱਧ ਘੱਟ ਬੋਲ ਕੇ ਗਏ ਤਾਂ ਲੈ ਗਏ ਉਹਨੂੰ ਨਾਲ ਹੀ ਲਖਵੀਰ ਨੂੰ ਆਹ ਤਾਂ ਨਾਲੇ ਪੁਲਿਸ ਨਾ ਡਰਾਵਾ ਦੇ ਕੇ ਗਏ ਮੈਨੂੰ ਖਿਆਲ ਨਾ ਮੇਰੇ ਕੋਲ ਤੂੰ ਵੀ ਅੱਛਾ ਘਰ ਨੂੰ ਜਦੋਂ ਆਉਣਾ ਹੋਗਾ ਖਿਆਲ ਨਾ ਆਵੀ ਚੱਲ ਚੰਗਾ ਖਿਆਲ ਰੱਖੀ ਮੇਰੇ ਪਤਾ ਆਪਣਾ ਮੈਨੂੰ ਤਾਂ ਆਪ ਡਰ ਜਾ ਲੱਗਦਾ ਕਦੇ ਉਹੀ ਗੱਲ ਨਾ ਹੋਵੇ ਚਲੋ ਦੇਖੀ ਜੋ ਜੋ ਹੋਊਗਾ ਵੇ ਹਜੇ ਤੱਕ ਮੁੰਡਾ ਘਰ ਨਹੀਂ ਆਉਂਦਾ ਮੇਰੀ ਤਾਂ ਜਾਨ ਹੀ ਮੁੱਠ ਚ ਆਈ ਆ ਬੜਾ ਹੀ ਸੱਚੀ ਮੈਨੂੰ ਤਾਂ ਚਿੰਤਾ ਉਹਦੀ ਹੋ ਜਾਊ ਆ ਨਹੀਂ ਤਾਂ ਫੋਨ ਹੀ ਕਰਕੇ ਪਤਾ ਕਰ ਲਵਾਂ ਬੜਾ ਫਿਕਰ ਜਿਹਾ ਮੈਨੂੰ ਤਾਂ ਲੱਗਾ ਆ ਕੀ ਲੈ ਆਉਂਦਾ ਤਾਂ ਹੈਗਾ ਸਕੂਟਰ ਖੜਾ ਤਾਂ ਹੋਇਆ ਸ਼ੁਕਰ ਹੀ ਹੋਇਆ ਕਾਕਾ ਤੂੰ ਆ ਗਿਆ ਮੈਨੂੰ ਤਾਂ ਬਹੁਤ ਚਿੰਤਾ ਹੋਈ ਸੀ ਤੇਰੀ ਚਿੰਤਾ ਤਾਂ ਹੋਣੀ ਹੈ ਮੈਂ ਸਵੇਰ ਦਾ ਫਿਕਰ ਜੀ ਬੈਠਾ ਉੱਥੇ ਤਾਂ ਹੋਰ ਕੀ ਗੱਲ ਕੀ ਹੋਈ ਸੀ ਇੰਨਾ ਕਦੇ ਗੱਲ ਵੱਧ ਗਈ ਗੱਲ ਕੀ ਪਤਾ ਲਖਵੀਰ ਨੇ ਕਿਹੜੇ ਫੋਨ ਤੋਂ ਫੋਨ ਕੀਤਾ ਕੀ ਕੀਤਾ ਮੈਨੂੰ ਤਾਂ ਪਤਾ ਨਹੀਂ ਤਾਂ ਉਹ ਉਹਨਾਂ ਦੇ ਆਇਆਂ ਤੇ ਪਤਾ ਲੱਗਾ ਵੀ ਉਹ ਕਸ਼ਿਸ਼ ਆਏ ਸੀ ਤਾਂ ਉਹਦੇ ਫੋਨ ਤੋਂ ਫੋਨ ਕਰ ਲਿਆ ਉਹ ਤਾਂ ਲੱਠੇ ਚੜ ਕੇ ਆ ਲਖਵੀਰ ਨੇ ਤਾਂ ਕਿਹੜੀ ਗੱਲ ਕਰਤੀ ਸੀਗੀ ਕਿ ਇੰਨੀ ਗੁੱਸੇ ਚ ਆ ਗਏ ਉਹ ਤੇ ਨਾਲ ਹੀ ਲੈ ਗਏ ਪਵਨ ਉਹ ਤਾਂ ਇੰਨਾ ਗੁੱਸੇ ਚ ਆਏ ਕਿਤੇ ਉਹਨੇ ਮੇਰੀ ਤਾਂ ਕੋਈ ਸੁਣੀ ਨਹੀਂ ਆਪਣੀਆਂ ਮਾਰੀ ਗਏ ਉਹ ਦੋਨੇ ਜਣੇ ਤਾਂ ਹੋਰ ਉਦਾਂ ਦੀ ਇਹ ਜੇ ਫੋਨ ਕਰ ਦਿੱਤਾ ਉਹਨਾਂ ਨੂੰ ਮੰਮੀ ਮੈਨੂੰ ਦੱਸਵੇਂ ਦੀ ਟੈਨਸ਼ਨ ਪਈ ਹੋ ਇੰਨੇ ਗੁੱਸੇ ਚ ਹੋ ਗਏ ਸੱਚੀ ਨਾਲ ਰਿਪੋਰਟ ਲਿਖਾਤੀ ਫਿਰ ਹੋਰ ਪੁੱਤ ਫਿਕਰ ਤਾਂ ਮੈਨੂੰ ਵੀ ਬਹੁਤ ਲੱਗੀ ਹੋ ਮੈਂ ਤਾਂ ਅੱਗੇ ਤੇਰੀ ਮਾਸੀ ਦਾ ਸਵੇਰੇ ਫੋਨ ਆਇਆ ਤਾਂ ਮੈਨੂੰ ਉਦੋਂ ਦਾ ਫਿਕਰ ਬਹੁਤ ਲੱਗਾ ਸੀਗਾ ਤਾਂ ਨਾਲ ਲੱਗਦਾ ਹੀ ਉਹ ਆ ਗਏ ਮੈਂ ਤਾਂ ਹੋਰ ਫਿਕਰ ਚ ਪੈ ਗਈ ਹੈ ਮਾਸੀ ਕੀ ਗੱਲ ਹੋਈ ਗੱਲ ਕੀ ਹੋਣੀ ਆ ਪੁੱਤ ਤੇਰੀ ਮਾਸੀ ਦਾ ਸਵੇਰੇ ਫੋਨ ਆਇਆ ਸੀਗਾ ਉਹਦੀ ਜਠਾਣੀ ਦਾ ਮੁੰਡਾ ਸੀ ਵਿਆਹ ਆ ਹੈਦੇ ਉਹਨਾਂ ਦੇ ਵੀ ਦਾਜ ਦਾ ਘਰ ਚ ਰੌਲਾ ਪੈ ਗਿਆ ਤਾਂ ਉਹ ਕੁੜੀ ਨੂੰ ਲੈ ਗਏ ਉਹਨੇ ਦਰਖਾਸਤ ਦਿੱਤੀ ਤਾਂ ਸਾਰੇ ਟੱਬਰ ਨੂੰ ਅੰਦਰ ਦੇ ਦਿੱਤਾ ਮੈਨੂੰ ਤਾਂ ਹੁਣ ਉਹਦਾ ਹੀ ਫਿਕਰ ਬਹੁਤ ਪਿਆ ਆਇਆ ਸੀਗਾ ਮੈਂ ਤਾਂ ਪੁੱਤ ਤਾਂ ਉਹਦੇ ਲਖਵੀਰ ਦੇ ਦੁਆਲੇ ਹੋਈ ਸੀ ਵੀ ਚੱਲ ਕੋਈ ਚੀਜ਼ ਘਰ ਦੀ ਹੋਰ ਬਣ ਜਾਊਗੀ ਪਰ ਮੈਨੂੰ ਕੀ ਪਤਾ ਸੀ ਪੁੱਠੀ ਪੈ ਜਾਣੀ ਆ ਅੰਮਾ ਹੋਰ ਕਿਹੜੀ ਚੀਜ਼ ਬਣਾਉਣੀ ਸੀ ਆਪਾਂ ਸਾਰਾ ਕੁਝ ਤਾਂ ਆਪਣਾ ਬਣਿਆ ਪਿਆ ਆ ਅੰਮਾ ਆਪਾਂ ਵੀ ਦਾਜ ਦਾ ਲੋਭ ਕਰ ਬੈਠੇ ਉਹਨੂੰ ਕਿੰਨਾ ਤੰਗ ਕੀਤਾ ਲਖਵੀਰ ਨੇ ਆਪਾਂ ਚੱਲ ਤੂੰ ਕਾਕਾ ਐਵੇਂ ਨਾ ਪਰੇਸ਼ਾਨ ਹੋ ਦੇਖੀ ਜਾਓ ਜੋ ਹੋਊਗਾ ਆਹ ਚੱਲ ਤੂੰ ਉੱਠ ਕੇ ਕੱਪੜੇ ਬਦਲ ਦੀਦੀ ਨੂੰ ਲੈ ਤਾਂ ਆਏ ਆ ਵਿਚਾਰੀ ਸੋਚਾਂ ਫਿਕਰਾਂ ਦੇ ਵਿੱਚ ਹੀ ਆ ਉਦਾਸ ਜੀ ਹੋਈ ਉਹ ਤਾਂ ਹੁਣ ਤੁਸੀਂ ਕੀ ਸੋਚਿਆ ਇਸ ਬਾਰੇ ਕੀ ਸੋਚੀ ਜਾਂਦੇ ਆ ਕੁਛ ਨਹੀਂ ਯਾਰ ਮੈਂ ਸੋਚਦਾ ਸੀ ਕੁਛ ਮੈਂ ਤਾਂ ਇਹ ਗੱਲ ਕਰਦੀ ਆ ਮੈਂ ਕਿਹਾ ਵਿਚਾਰੀ ਦੀਦੀ ਬਾਰੇ ਵੀ ਕੁਛ ਸੋਚੋ ਹੁਣ ਯਾਰ ਮੈਂ ਵੀ ਤਾਂ ਉਹੀ ਸੋਚਣ ਲੱਗਾ ਸੀਗਾ ਮੈਨੂੰ ਤਾਂ ਆਪ ਇੰਨੀ ਪਰੇਸ਼ਾਨੀ ਆ ਉਹ ਲੈ ਤਾਂ ਆਂਦਾ ਵਿਚਾਰੀ ਨੂੰ ਮੈਂ ਥਾਣੇ ਨਾਲੇ ਗਿਆ ਸੀਗਾ ਯਾਰ ਗੁੱਸਾ ਤਾਂ ਮੈਨੂੰ ਬਹੁਤ ਸੀਗਾ ਤੇ ਮੈਂ ਆਪਣੇ ਯਾਰ ਦੋਸਤ ਨਾਲ ਗੱਲ ਕੀਤੀ ਸੀ ਥਾਣੇ ਬੁਲਾਉਂਦੇ ਪੁਰਾਣੇ ਤੇ ਮਾਤਾ ਨੂੰ ਪਰ ਉਹਨੇ ਸਲਾਹ ਦਿੱਤੀ ਕਹਿੰਦਾ ਯਾਰ ਮੈਂ ਉਹਦਾ ਸਲਾਹ ਕਿਸੇ ਨੂੰ ਦੇਣੀ ਨਹੀਂ ਸੀ ਕਿਉਂਕਿ ਤੂੰ ਖਾਸ ਬੰਦਾ ਆ ਕਿ ਜਿਹੜੀ ਤੁਹਾਡੇ ਘਰ ਦੇ ਵਿੱਚ ਨਿਪਟ ਜਾਵੇ ਉਹੀ ਵਧੀਆ ਇੱਦਾਂ ਕਹਿੰਦਾ ਰਿਸ਼ਤੇ ਖਰਾਬ ਹੋ ਜਾਂਦੇ ਜ਼ਿਆਦਾ ਤੇ ਹੁਣ ਮੈਂ ਕਹਿੰਦਾ ਕਿ ਆਪਾਂ ਘਰ ਦੇ ਵਿੱਚ ਨਿਬੇੜ ਕੇ ਦੇਖ ਲਈਏ ਚਲੋ ਇੱਕ ਮੌਕਾ ਦੇ ਦਿੰਦੇ ਆ ਸ਼ਾਇਦ ਸੁਧਰ ਹੀ ਜਾਣ ਉਹ ਆਪਾਂ ਆਪ ਨਹੀਂ ਯਾਰ ਗੱਲ ਕਰਨੀ ਹੁਣ ਇੱਦਾਂ ਕਰਦੇ ਆ ਉਹ ਵਿਚੋਲੇ ਨੂੰ ਲਾਉਂਦੇ ਫੋਨ ਉਹਨਾਂ ਕਰਦੇ ਗੱਲਬਾਤ ਉਹਨੂੰ ਸੱਦਦੇ ਇੱਥੇ ਆਹੋ ਸੱਦ ਲਓ ਫਿਰ ਦੀਪੂ ਨੂੰ ਨਾਲੇ ਤੁਹਾਡਾ ਖਾਸ ਦੋਸਤ ਆ ਉਹਦਾ ਤਾਂ ਬਥੇਰੀਆਂ ਹਾਮੀਆਂ ਉਹ ਵੀ ਭਰਦਾ ਸੀਗਾ ਕਿੰਨੀਆਂ ਤਸੱਲੀਆਂ ਦਿੱਤੀਆਂ ਉਹਨੇ ਉਹਦੇ ਕਹਿਣ ਤੇ ਯਾਰ ਆਪਾਂ ਹਾਂ ਕੀਤੀ ਸੀ ਤੁਹਾਨੂੰ ਪਤਾ ਹੀ ਆ ਜੇ ਕਿਤੇ ਪਤਾ ਹੁੰਦਾ ਨਾ ਪਹਿਲਾਂ ਕਿ ਇਦਾਂ ਦੀਆਂ ਮੰਗਾਂ ਰੱਖਣੀਆਂ ਉਹਨੇ ਬਾਅਦ ਵਿੱਚ ਅਸੀਂ ਕੁੜੀ ਦੇਣੀ ਨਹੀਂ ਸੀਗੀ ਉੱਥੇ ਚਲ ਕੋਈ ਨਹੀਂ ਮੈਂ ਦੀਪੂ ਨੂੰ ਲਾਉਂਦਾ ਫੋਨ ਉਹਨਾਂ ਹੀ ਕਰਦੇ ਗੱਲਬਾਤ ਹੈਲੋ ਹਾਂ ਦੀਪੂ ਕਿੱਦਾਂ ਠੀਕ ਠਾਕ ਆ ਅੱਛਾ ਅੱਛਾ
यार घर नू आई माड़ा कि जरूरी गल है करनी। अच्छा रास्ते च ही है, चल इधर घरों हो के जाई, जरूरी है, चल आ जा आ जा। वो इतने लग गई सीधा परिवार चल कोई नी आ दीपू नू फिर कर दे गल। भैन दे करके तेन सद्या भरावा की गल हो गई ठीक ठाक है सारा कुछ उसका यार बहुत परेशानी दे फसे हो। अच्छा की गल की हुई है यार तेरे कहने ते ब्याह ता उथे सी करता भैन दा हां ओदे सारे तंग को करन लापे ओनु। अच्छा और की लिया कहना सी गल हां जी ठीक हो तुसी सुनाओ। हां ठीक ठाक और की भावा सी ना छड गल ना दे इन्नी की गल हो गई यार तंग वो कर दे भरावा कदी कुछ मंग दे कदी कुछ मंग दे। भुख नंग ना खिलान अपनी लालची ना हो हदो वाद लालची निकले ब्याह ते कुछ मंगिया है हुण ओह तरह तरह दी गल्लां कर एडी बैण केड़ी गल हो गई जेड़ी गल इत्थे तक पहुंची पई आ। दीपू गल्लां तां उदों दीआं ही होण लग पईआं सीगीआं मैं भी चुप सीगी भी चल की गल्लां कढ़णीआं चल अज ठीक हो जूगे कल ठीक हो जूगे पर उहनां ने तां ज्यादा ही गल वधाती। उहनां दे घर च तां नाले किसे चीज़ दी कोई कमी भी है नहीं है सारा कुछ तां हैगा उहनां कोल फिर कदी दाज नूं तंग करदे हो। नीत है नहीं ना नीत होवे तां फिर सारा कुछ ही वधिया हुंदा है परमात्मा दा दित्ता सारा कुछ होणा। फोन करना उहनां ने तां मेरे कोल फोन भी लै लिया मेरी गल भी माणी इहनां ने बंद कर दित्ती। मैं तो यार पक्का सोच रहा कि भैन हुण भेजना नहीं ते मैं थाने भी गया अपने यार दोस्त दे कोल पर मेरा खास यार दोस्त है उन्हें सलाह यही दी कि पहला बचोले ना गल कर लो जिन्हें रिश्ता किया सी। ना ना तू टेंशन ना ले यार जिद्दां तेरी भैन उद्दां ही मेरी भैन आ। ते होर की यार कोई नहीं मैं करदा गल उन्हां नाल जाके उन्हां नूं मैं पुछदा आ बे जद पहला अपनी इह गल होई सी बे आपां कोई लैण देण तां करना ही नहीं उह कहिंदे सी सानूं कुड़ी चाहीदी चंगी फिर मैं उत्थे दस पाई सी रिश्ते यार कुड़ी नूं तां करना तां बणदा जे घर दे विच उह कम्म ना कोई करदी होवे सारा घर दा उन्हां तों कम्म कराउंदे आ। अच्छा ते बाद विच तंग करदे आ ਇਦਾਂ ਥੋੜਾ ਗੱਲ ਬਣਦੀ ਹੈ ਸਾਡੀ ਭੈਣ ਤੇ ਨਾਲੇ ਬੀਬੀ ਬਹੁਤ ਹੈ ਸਾਰੇ ਪਾਸੇ ਮੈਨੂੰ ਵੀ ਪਤਾ ਹੀ ਹੈ ਭਾਬੀ ਜੇ ਸਾਨੂੰ ਪਹਿਲੇ ਸਾਡੇ ਕੋਲ ਮੰਗਾ ਰੱਖਦੇ ਨਾ ਉਹ ਤੇ ਸਾਨੂੰ ਅਸੀਂ ਇਹ ਰਿਸ਼ਤਾ ਹੋਣ ਹੀ ਨਹੀਂ ਦੇਣਾ ਸੀਗਾ ਉਸਲੇ ਤਾਂ ਉਹਨਾਂ ਨੇ ਮੰਗ ਰੱਖੀ ਨੂੰ ਕਹਿੰਦੇ ਸਾਨੂੰ ਘਰ ਜਿੱਦਾ ਸੰਭਣ ਵਾਲੀ ਕੁੜੀ ਚਾਹੀਦੀ ਆ ਉਸਲੇ ਸਿਰਫ ਉਹਨਾਂ ਨੇ ਇਹੀ ਮੰਗ ਰੱਖੀ ਹੁਣ ਤਾਂ ਘਰ ਵੀ ਸਾਂਭ ਲਿਆ ਸੀਗਾ ਮੈਂ ਜਾ ਕੇ ਉੱਥੇ ਪਹਿਲਾਂ ਉਹਨਾਂ ਨੂੰ ਮਿਲ ਕੇ ਆਉਂਦਾ ਉਹਨਾਂ ਨੂੰ ਦੇਖਾ ਵੀ ਉਹ ਕੀ ਗੱਲ ਕਹਿੰਦੇ ਆ ਆਹੋ ਗੱਲ ਖੁੱਲ ਗਈ ਐਂ ਕਰਕੇ ਆਈ ਚਲ ਠੀਕ ਹੈ ਸਹੀ ਚੰਗਾ ਵੀ ਚੰਗਾ ਭੈਣਾ ਚਲ ਹੁਣ ਇਹ ਗੱਲ ਕਰੂਗਾ ਉੱਥੇ ਜਾ ਕੇ ਹੋਰ ਹੋ ਜਿਵੇਂ ਸਾਰਾ ਕੁਝ ਸੈੱਟ ਤਾਂ ਚਲੋ ਵਧੀਆ ਹੀ ਆ ਹੋਰ ਕੀ ਹਾਏ
ਦਾਦਾ ਨਾਲ ਕਿਹੜਾ ਇਦਾਂ ਦਾ ਪਹਾੜ ਡੇ ਪਿਆ ਸੀਗਾ ਜਿਹੜਾ ਦਬ ਸਾਡਾ ਉਹਨੂੰ ਲਿਆ ਗਿਆ। ਹੋਰ ਨਹੀਂ ਤਾਂ ਕੰਮ ਤਾਂ ਕਰਦੀ ਸੀ ਸਾਰਾ, ਹੁਣ ਮੈਨੂੰ ਸਾਰਾ ਹੀ ਕਰਨਾ ਪੈਂਦਾ। ਮੁੰਡੇ ਨੇ ਕੰਮ 'ਤੇ ਜਾਣਾ, ਰੋਟੀ ਹਜੇ ਮੈਂ ਪਕਾਉਣੀ ਆ, ਕਦ ਮੈਂ ਮਾਂਜਾ ਭਾਰੀ ਫੇਰੂੰਗੀ, ਕਦ ਮੈਂ ਰੋਟੀ ਬਣਾਉਂਗੀ। ਹਾਏ ਹੁਣ ਕੌਣ ਆ ਗਿਆ ਭਾਜੀ? ਘਰੇ ਹੀ ਆ। ਆ ਜਾਣਾ ਤੁਮ ਲਾਦਾ ਮਾ ਕਰੇ ਤਾਂ ਕਿੱਦਾਂ ਸੇ? ਠੀਕ ਹੈ ਜੀ। ਹੋ ਠੀਕ ਆ ਬੈਗਾ, ਮੈਂ ਪਾਣੀ ਲੈ ਕੇ ਆਈ ਤੂੰ ਤੇ ਬੈਠ ਲੈ ਕੇ ਪਾਣੀ ਪੀ ਪਹਿਲਾਂ। ਲਿਆ ਲਿਆ, ਗਰਮੀ ਬਹੁਤ ਹੋਈ ਆ। ਹੋਰ ਹੋਰ ਕਿੱਦਾਂ ਮੇਰੇ ਪੁੱਤ? ਘਰੇ ਠੀਕ ਠਾਕ ਆ ਸਾਰੇ? ਹਾਂਜੀ ਹਾਂਜੀ ਠੀਕ ਠਾਕ ਸਭ, ਤੁਸੀਂ ਸੁਣਾਓ? ਅਸੀਂ ਵੀ ਠੀਕ ਹੈ ਯਾਰ। ਕਾਕਾ ਤੇਰਾ ਅੱਜ ਕਿੱਦਾਂ ਆਉਣਾ ਹੋ ਗਿਆ? ਮਾ ਤਾਂ ਮੈਂ ਕਿੱਥੇ ਆਉਣਾ ਸੀਗਾ, ਮੈਨੂੰ ਤਾਂ ਮਜਬੂਰੀ 'ਚ ਇੱਥੇ ਆਉਣਾ ਪਿਆ। ਮੈਨੂੰ ਆਇਆ ਸੀ ਭਾਜੀ ਹੁਣਾਂ ਦਾ ਫੋਨ, ਕਹਿੰਦੇ ਸੀ ਘਰ ਨੂੰ ਇੱਕ ਵਾਰੀ ਜਾ ਕੇ ਆਈ। ਅੱਛਾ, ਤੇਰੇ ਤੱਕ ਵੀ ਗੱਲ ਪਹੁੰਚ ਹੀ ਗਈ? ਮਾ ਤਾਂ ਮੈਂ ਤੁਹਾਡੇ ਤੋਂ ਇਹ ਉਮੀਦ ਨਹੀਂ ਕੀਤੀ ਸੀਗੀ ਜਿੱਦਾਂ ਤੁਸੀਂ ਕੁੜੀ ਨਾਲ ਕੀਤਾ ਆ। ਮੇਰੇ ਵਿਸ਼ਵਾਸ ਤੇ ਉਹਨਾਂ ਨੇ ਇੱਥੇ ਰਿਸ਼ਤਾ ਕੀਤਾ ਸੀਗਾ। ਨਾ ਕਾਕਾ, ਅਸੀਂ ਇਦਾਂ ਦਾ ਕੀ ਕਰ ਦਿੱਤਾ ਜਿਹੜਾ ਉਹਨੇ ਭੇਜ ਦਿੱਤਾ ਤੈਨੂੰ? ਅਦਾ ਕਰਨਾ ਰਹਿ ਵੀ ਕੀ ਗਿਆ, ਮੈਂ ਹੁਣੇ ਉਧਰੋਂ ਹੀ ਆਇਆ, ਭੈਣ ਨੇ ਮੈਨੂੰ ਸਾਰੀ ਗੱਲ ਦੱਸੀ, ਨਾਲੇ ਉਹ ਭਾਜੀ ਨੇ ਹੱਥ ਵੀ ਚੱਕਿਆ ਦੋ ਵਾਰੀ ਭੈਣ ਤੇ। ਇਹ ਤੋਂ ਮਾੜਾ ਸਲੂਕ ਹੋਰ ਤੁਸੀਂ ਕੀ ਕਰਨਾ ਸੀਗਾ? ਘਰ 'ਚ ਨੌਕਰਾਣੀਆਂ ਵਾਲਾ ਤੁਸੀਂ ਉਹਦੇ ਨਾਲ ਵਿਹਾਰ ਕਰਦੇ ਸੀਗੇ? ਨਾ ਹੱਥ ਚੱਕਿਆ ਉਹਨੇ ਦੱਸ ਦਿੱਤਾ ਤੈਨੂੰ, ਇਹ ਨਹੀਂ ਦੱਸਿਆ ਮੈਂ ਕਿਹੜੀ ਗੱਲ ਚੱਕਿਆ ਜਿਹੜੀਆਂ ਉੱਥੇ ਸਾਰੀਆਂ ਲੂਤੀਆਂ ਲਾ ਕੇ ਆਈ ਇਹ, ਮੈਂ ਉਹ ਸੁਣ ਲਈਆਂ। ਮੁੰਡੇ ਨੂੰ ਆ ਗਿਆ ਗੁੱਸਾ, ਚੱਕ ਵੀ ਲਿਆ ਹੋਊਗਾ, ਤੇ ਇਹਦੇ ਵਿੱਚ ਕਿਹੜੀ ਵੱਡੀ ਗੱਲ ਵਾ? ਚਲੋ ਮਾਤਾ ਇਹ ਛੱਡੋ ਤੁਸੀਂ ਗੱਲਾਂ, ਇਹ ਗੱਲਾਂ ਮੈਂ ਉੱਥੋਂ ਵੀ ਸਾਰੀਆਂ ਸੁਣ ਕੇ ਆ। ਭਾਜੀ ਹੈਗੇ ਆ ਘਰ, ਉਹਨਾਂ ਨੂੰ ਬੁਲਾਓ ਮਾੜਾ। ਘਰੇ ਹੀ ਆ, ਮੈਂ ਮਾਰਦੀਆਂ ਬਾਜ ਉੱਪਰ ਹੀ ਆ। ਇਹ ਮਾਤਾ ਤਾਂ ਜਮਾ ਹੀ ਚੇਂਜ ਹੋਈ ਉਹ, ਮੈਨੂੰ ਲੱਗਦਾ ਇਹਨਾਂ ਨੇ ਜ਼ਿਆਦਾ ਘਰ 'ਚ ਕੰਮ ਖਰਾਬ ਕੀਤਾ ਲੱਗਦਾ ਆ। ਮੈਂ ਤਾਂ ਯਾਰ ਭਾਜੀ ਠੀਕ ਆ, ਪਰ ਤੁਸੀਂ ਯਾਰ ਘਰ ਦਾ ਮਾਹੌਲ ਕਾਹਦੇ ਖਰਾਬ ਕੀਤਾ ਆ। ਮੈਨੂੰ ਤਾਂ ਕੱਲ ਰਹੀ ਭਾਈ ਦਾ ਫੋਨ ਗਿਆ ਸੀ ਉਧਰ ਘਰ, ਤਾਂ ਮੈਨੂੰ ਐਮਰਜੈਂਸੀ ਉੱਥੇ ਉਹਨਾਂ ਨੇ ਸੱਦਿਆ ਸੀਗਾ। ਜਿੱਦਾਂ ਦੀਆਂ ਮੈਨੂੰ ਉੱਥੋਂ ਗੱਲਾਂ ਪਤਾ ਲੱਗੀਆਂ, ਮੈਨੂੰ ਉਮੀਦ ਨਹੀਂ ਸੀਗੀ ਤੁਹਾਡੇ ਕੋਲੋਂ। ਇੰਨੀਆਂ ਵੱਡੀਆਂ ਗੱਲਾਂ ਤੈਨੂੰ ਕਿਹੜੀ ਦੱਸਤੀਆਂ ਉਹਨਾਂ ਨੇ? ਗੱਲਾਂ ਤਾਂ ਮੈਨੂੰ ਭਾਜੀ ਯਾਰ ਬਹੁਤ ਪਤਾ ਲੱਗੀਆਂ, ਪਰ ਹੁਣ ਮੈਂ ਸਾਰੀਆਂ ਕਰਨਾ ਨਹੀਂ ਚਾਹੁੰਦਾ। ਤੁਸੀਂ ਪਹਿਲਾਂ ਮੈਨੂੰ ਇੱਕ ਹੀ ਗੱਲ ਦਾ ਜਵਾਬ ਦਿਓ ਵੀ ਤੁਸੀਂ ਕੁੜੀ ਦੇ ਹੱਥ ਕਾਹਦੇ ਚੱਕਿਆ ਸੀਗਾ? ਇਸ ਤੋਂ ਵਾਧੂ ਹੋਰ ਰਹਿ ਵੀ ਕੀ ਗਿਆ? ਮੇਰੀ ਵੀ ਭੈਣਾਂ ਵਰਗੀ ਆ ਉਹ, ਮੈਂ ਤਾਂ ਇੱਥੇ ਚੱਲ ਚੰਗਾ ਪਰਿਵਾਰ ਸਮਝ ਕੇ ਇੱਥੇ ਰਿਸ਼ਤਾ ਕੀਤਾ ਸੀਗਾ, ਪਰ ਮੈਨੂੰ ਕੀ ਪਤਾ ਸੀਗਾ ਇਹਦੇ ਨਾਲ ਤਾਂ ਵਧੀਆ ਅਮੀਰ ਘਰ ਨਾ ਕੁੜੀ ਬੰਦਾ ਵਿਆਹ ਦਾ ਰਿਸ਼ਤਾ ਕਰਕੇ। ਮੈਂ ਤਾਂ ਮੈਂ ਇੱਕ ਹੀ ਗੱਲ ਸਿੱਖੀ ਆ, ਕਦੀ ਵੀ ਵੱਡਾ ਘਰ ਦੇਖ ਕੇ ਆਪਣੀ ਧੀ ਨਾ ਵਿਆਹੋ, ਹਮੇਸ਼ਾ ਪਹਿਲਾਂ ਬੰਦੇ ਦੇਖੋ ਕਿੱਦਾਂ ਦੇ ਮੂਹਰੇ ਹੈਗੇ ਆ। ਮੈਂ ਤਾਂ ਪਹਿਲਾਂ ਮੈਨੂੰ ਇਹ ਦੱਸੋ ਤੁਹਾਡੇ ਘਰ 'ਚ ਕਿਸੇ ਚੀਜ਼ ਦੀ ਕਮੀ ਹੈਗੀ ਹੈ? ਤੁਸੀਂ ਵੀ ਨਿਗਾਹ ਮਾਰੋ, ਤਾਂ ਸਾਰੀਆਂ ਚੀਜ਼ਾਂ ਪਰਮਾਤਮਾ ਨੇ ਤੁਹਾਨੂੰ ਦਿੱਤੀਆਂ ਆ, ਫੇਰ ਵੀ ਤੁਸੀਂ ਭੈਣ ਨੂੰ ਦਾਜ ਲਈ ਤੰਗ ਕੀਤਾ ਉਹਨਾਂ ਨੂੰ। ਕਮੀ ਦਾ ਕਾਕਾ ਸਾਡੇ ਘਰ 'ਚ ਕਿਸੇ ਚੀਜ਼ ਦੀ ਨਹੀਂ, ਮੈਂ ਤਾਂ ਆਲੇ ਦੁਆਲੇ ਬੁੜੀਆਂ ਦੇ ਐਵੇਂ ਮਗਰ ਲੱਗ ਗਈ, ਲਾਲਚ ਨੂੰ ਪੈ ਗਈ। ਹੁਣ ਲੋਕਾਂ ਪਿੱਛੇ ਤੁਸੀਂ ਲੱਗੇ ਤਾਂ ਹੈਗੇ ਆ, ਘਰ ਤਾਂ ਤੁਹਾਡਾ ਆਪਣਾ ਹੀ ਖਰਾਬ ਹੋਇਆ, ਕਿਸੇ ਦਾ ਤਾਂ ਨਹੀਂ ਕੁਛ ਵੀ ਗਿਆ। ਇਹ ਤਾਂ ਗੱਲ ਕਾਕਾ ਠੀਕ ਆ ਤੇਰੀ, ਹੁਣ ਬਾਕੀ ਸਾਰੀਆਂ ਗੱਲਾਂ ਤੁਸੀਂ ਛੱਡੋ, ਹੁਣ ਤੁਸੀਂ ਇਹ ਦੱਸੋ ਵੀ ਗੱਲ ਨੂੰ ਨਿਬੇੜਨਾ ਕਿੱਦਾਂ ਆ। ਮੈਂ ਤਾਂ ਸ਼ੁਕਰ ਆ ਤੁਹਾਨੂੰ ਪਰਮਾਤਮਾ ਨੇ ਧੀ ਨਹੀਂ ਦਿੱਤੀ, ਉਹ ਜੇ ਦਿੱਤੀ ਹੁੰਦੀ ਤਾਂ ਤੁਹਾਨੂੰ ਪਤਾ ਲੱਗਦਾ ਵੀ ਧੀ ਦਾ ਦੁੱਖ ਹੁੰਦਾ ਕੀ ਆ। ਜਿੰਨਾ ਹੁਣ ਵਿਚਾਰੇ ਉਹ ਦੁਖੀ ਆ, ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਹਾਲ। ਚੱਲ ਪੁੱਤ ਛੱਡ ਤੂੰ, ਹੁਣ ਗੱਲਾਂ ਬਹੁਤ ਹੋ ਗਈਆਂ, ਗੱਲਾਂ ਆਪਾਂ ਜਿੰਨੀਆਂ ਕਰੀਆਂ ਵਾ ਉਨੀ ਵਧੀ ਜਾਣੀਆਂ ਆ। ਮੈਂ ਤਾਂ ਐਵੇਂ ਦਾਜ ਦੇ ਲੋਭ 'ਚ ਆ ਕੇ ਆਪਣੇ ਪੁੱਤ ਦਾ ਘਰ ਖਰਾਬ ਕਰ ਲੈਣਾ ਸੀਗਾ, ਪਰ ਮੈਂ ਕਾਕਾ ਹੁਣ ਹੋਣ ਨਹੀਂ ਦੇਣਾ, ਅਸੀਂ ਕੁੜੀ ਨੂੰ ਜਾ ਕੇ ਲਿਆਵਾਂਗੇ। ਮੰਮੀ ਆ ਤੁਸੀਂ ਗੱਲ ਬਿਲਕੁਲ ਸਹੀ ਕੀਤੀ, ਆਪਾਂ ਸਵੇਰ ਨੂੰ ਜਾ ਕੇ ਲਖਵੀਰ ਨੂੰ ਲੈ ਆਉਣਾ, ਠੀਕ ਆ? ਤੇ ਨਾਲੇ ਮੈਨੂੰ ਕੁਛ ਚਾਹੀਦਾ ਨਹੀਂ ਹੁਣ, ਨਾ ਦਾਜ ਨਾ ਕੋਈ ਚੀਜ਼, ਕੁਛ ਨਹੀਂ ਚਾਹੀਦਾ। ਚਲੋ ਵਧੀਆ ਗੱਲ, ਆਪਾਂ ਜੇ ਇੱਥੇ ਗੱਲ ਆਪਾਂ ਨਿਬੇੜ ਲਈਏ ਤਾਂ ਦੇਖੋ ਪਰਮਾਤਮਾ ਨੇ ਦਿੱਤਾ ਭਾਈ ਤੁਹਾਡੇ ਕੋਲ ਸਾਰਾ ਕੁਛ ਆ ਨਾ, ਠੀਕ ਆ? ਹੁਣ ਤੁਸੀਂ ਭੈਣ ਨੂੰ ਇੱਥੇ ਘਰ ਲਿਆਓ ਤਾਂ ਆਪਣੇ ਘਰ ਬੜਾ ਵਧੀਆ ਰਹੋ ਤੁਸੀਂ। ਹੁਣ ਮੈਂ ਇੱਥੋਂ ਇਹੀ ਉਮੀਦ ਨਾਲ ਜਾਣਾ ਵੀ ਮੈਨੂੰ ਦੁਬਾਰਾ ਆਉਣ ਦਾ ਮੌਕਾ ਨਾ ਦਿਓ ਹੁਣ ਇੱਥੇ। ਨਹੀਂ ਨਹੀਂ ਕਾਕਾ, ਹੁਣ ਤੈਨੂੰ ਨਹੀਂ ਏਦਾਂ ਦੀ ਆਉਣ ਦੀ ਲੋੜ, ਅਸੀਂ ਘਰ 'ਚ ਆਪਣੇ ਬਹੁਤ ਸੋਹਣੇ ਰਹਾਂਗੇ, ਖੁਸ਼ੀ ਖੁਸ਼ੀ ਰਹਾਂਗੇ, ਲਿਆਵਾਂਗੇ ਉਹਨੂੰ ਸਵੇਰ ਨੂੰ। ਇਹੀ ਆਸ ਕਰਦਾ ਮੈਂ ਮਾਤਾ ਤੁਹਾਡੇ, ਤੂੰ ਨਹੀਂ ਫਿਕਰ ਕਰਨਾ ਕੋਈ, ਮੇਰਾ ਭਰਾ ਤੂੰ ਕੋਈ ਟੈਨਸ਼ਨ ਲੈ, ਅਸੀਂ ਸਵੇਰ ਨੂੰ ਆਪੇ ਲਫੀਨ ਜਾ ਕੇ ਲੈ ਆਉਣਾ ਆ, ਤੇ ਤੈਨੂੰ ਗਾਹਾਂ ਤੋਂ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲਦਾ। ਚੱਲ ਦੀਪੂ ਗੱਲ ਤਾਂ ਹੁਣ ਮੁੱਕ ਗਈ ਆ, ਹੁਣ ਬੈਠ ਮੇਰੇ ਕੋਲ, ਮੈਂ ਤੇਰੇ ਲਈ ਚਾਹ ਬਣਾ ਕੇ। ਨਹੀਂ ਮਾਤਾ ਚਾਹ ਨਹੀਂ ਪੀਣੀ, ਨਹੀਂ ਨਹੀਂ ਮੈਂ ਹੁਣ ਮੈਂ ਉਹਨਾਂ ਨੂੰ ਵੀ ਫੋਨ ਕਰਕੇ ਦੱਸ ਦਵਾਂ ਵੀ ਉਧਰ ਹੁਣ ਆਪਣੀ ਗੱਲ ਨਿਬੜ ਗਈ ਆ। ਚੱਲ ਠੀਕ ਆ, ਉਹਨਾਂ ਦਾ ਵੀ ਫਿਕਰ ਮੁੱਕੂਗਾ। ਹਾਂ ਤੇ ਮੈਂ ਹੁਣ ਚੱਲਦਾ ਭਾਜੀ। ਚਲੋ ਠੀਕ ਆ, ਚੰਗਾ ਫਿਰ ਮਾਤਾ। ਠੀਕ ਆ ਮੇਰੇ ਕੋਲ, ਚੰਗਾ ਭਾਜੀ, ਓਕੇ। ਯਾਰ ਮੈਂ ਆਪਣੇ ਕੰਮ 'ਤੇ ਬਾਅਦ 'ਚ ਜਾਂਦਾ, ਪਹਿਲਾਂ ਉਹਨਾਂ ਨੂੰ ਫੋਨ ਕਰਾਂ।
वो तो टेंशन फ्री हो रवि होनी हेलो हेलो हाँ जी हाँ जी रवि किद्दा हाँ हाँ हो गई गल हाँ हाँ दीपू अच्छा मन गए वो अपनी गलती मानते हैं वो चल ठीक है वधिया हो फिर तंग तंग करो वो कुड़ी नू नहीं नहीं हुण नहीं तंग करदे हो हाँ जी कल आओगे हुण वो चल ठीक है आ जाना कोई चलो ठीक है टेंशन नहीं लैनी हुण कोई भी मानते हैं गलती अपनी वो ओके चंगा दसदा भैन ने ਕਿੱਦਾਂ ਕੀ ਕਹਿੰਦਾ ਉਹ ਦੀਪੂ ਨੇ ਫਿਰ ਗੱਲ ਕੀਤੀ ਜਾ ਕੇ ਅੱਛਾ ਤੇ ਮਾਸੀ ਵੀ ਹੁਣ ਕਹਿੰਦੀ ਆ ਕਿ ਕੋਈ ਨਹੀਂ ਅਸੀਂ ਤੰਗ ਨਹੀਂ ਕਰਦੇ ਤੇ ਕੱਲ ਨੂੰ ਲੈਣ ਆਉਂਗੇ ਭੈਣ ਨੂੰ ਚਲੋ ਠੀਕ ਆ ਚਲੋ ਪਰਮਾਤਮਾ ਇਹਨਾਂ ਨੂੰ ਖੁਸ਼ ਹੀ ਰੱਖੇ ਘਰ ਦੇ ਵਿੱਚ ਹੋਰ ਕਿ ਇਹ ਤੋਂ ਵੱਧ ਕੇ ਸਾਨੂੰ ਕੀ ਚਾਹੀਦਾ ਆ ਤੇ ਭੈਣ ਨੂੰ ਦੱਸ ਦਿਓ ਤੇ ਮੈਂ ਮਾੜਾ ਬਾਜ਼ਾਰ ਜਾਣਾ ਯਾਰ ਚਲੋ ਠੀਕ ਆ